आप विधायक गुरिंदर सिंह गैरी वड़िंग विवादा च किते आए नजर। पनग्रेन दे इंस्पेक्टर ने लगाए बदसलूकी करन दे दोष। पनग्रेन दे अधिकारियों वालों आज जिले दे डीएफसी नु दिता गया मांग पत्र। जेकर ना मिले इंसाफ तां पंजाब भर विच झोने दी खरीद कीती जावेगी बंद। अमलो तो आप विधायक गुरिंदर सिंह गैरी वड़िंग जो कि विवादों के विच किरदे नजर आ रहे ने। गैरी वड़िंग जिसते कि पनग्रेन दे एक इंस्पेक्टर ने बदसलूकी करने दे आरोप लगाए ने, जिसके चलते इंस्पेक्टर दे कहने अनुसार जिले च अज खरीद ना करन दी गल आखी गई सी। विधायक ते पनग्रेन दे इंस्पेक्टर विचकार होई तकरार दे मामले नूं लैके पनग्रेन दे अधिकारियों वल्लों अज जिला श्री फतेहगढ़ साहिब जिले दे डीएफसी नूं मंग पत्र दित्ता गया अते इंसाफ ना मिलन ते पंजाब भर च खरीद बंद करन दा ऐलान भी किया। फिलहाल जिला श्री फतेहगढ़ साहिब च हड़ताल कर पनग्रेन ने खरीद बंद की है। सारा घटनाक्रम खमाणो दी रायपुर माजरी दाना मंडी तो शुरू होया, जिथे खरीद नु लेके पनग्रेन दे इंस्पेक्टर गुरमीत सिंह अते अमलो दे विधायक गुरिंदर सिंह गैरी वड़िंग च तकरार हो गई। जिस तो बाद इंस्पेक्टर गुरमीत सिंह ने विधायक गैरी वड़िंग ते बदसलूकी करन धमकियां देन अते काम च विघन पाउण दे दोष लगाए अते उस तो बाद इंस्पेक्टर दे कहने अनुसार पनग्रेन वल्लों अज जिले भर च खरीद ना करन दी गल आखी गई सी। उथे इस मामले च पनग्रेन दे अधिकारियों वल्लों जिला श्री फतेहगढ़ साहिब दे डीएफसी नूं मंग पत्र दित्ता गया अते इंसाफ ना मिलन ते पंजाब भर च खरीद बंद करन दा वी ऐलान कीता। दस्सदे कि डीएफसी नूं मंग पत्र देण आए खमाणो विखे तैनात फूड सप्लाई इंस्पेक्टर गुरमीत सिंह ने दस्सिया कि ओह खरीद संबंधी रायपुर माजरी मंडी मौजूद सी, तां उन्हां दे नाल हलका विधायक रुपिंदर सिंह हैप्पी वी सन। इस दौरान दूजे हलका अमलो तो विधायक गुरिंदर सिंह गैरी वड़िंग मंडी च आए अते कहन लगे कि मेरी मर्जी तो बिना इत्थे खरीद किवें शुरू हो गई। ਇਸੇ ਦੌਰਾਨ ਵਿਧਾਇਕ ਵੜਿੰਗ ਨੇ ਉਹਨਾਂ ਨਾਲ ਬਦਸਲੂਕੀ ਕੀਤੀ। ਤਾਂ ਆਰਡਰਾਂ ਦੇ ਹਿਸਾਬ ਨਾਲ ਅਸੀਂ ਕੱਲ੍ਹ MLA ਰੁਪਿੰਦਰ ਸਿੰਘ ਹੈਪੀ ਜੀ ਨੂੰ ਨਾਲ ਲੈ ਕੇ ਉੱਥੇ ਖਰੀਦ ਸ਼ੁਰੂ ਕਰਵਾਈ ਸੀ। ਖਰੀਦ ਸ਼ੁਰੂ ਕਰਾਉਣ ਤੋਂ ਬਾਅਦ ਉੱਥੇ MLA ਗੁਰਿੰਦਰ ਸਿੰਘ ਗੈਰੀ ਕਰਕੇ ਹੈਗੇ ਨੇ ਅਮਰੋਹ ਦੇ, ਉਹ ਆ ਗਏ ਜੀ। ਉਹਨਾਂ ਨੇ ਮੈਨੂੰ ਆਉਂਦੀ ਸਾਰੀ ਭੱਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰਤੀ, ਧਮਕਾਉਣਾ ਸ਼ੁਰੂ ਕਰਤਾ ਕਿ ਤੇਰੀ ਜ਼ਰੂਰਤ ਕਿੱਦਾਂ ਹੋਈ ਵੀ ਤੂੰ ਮੇਰੇ ਏਰੀਏ 'ਚ ਆ ਕੇ ਖਰੀਦ ਕਰੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਬਈ ਇਹ ਜਿਹੜਾ ਏਰੀਆ ਇਹ ਸਾਡੇ ਖਮਾਣ ਦਾ ਏਰੀਆ, ਮੋਰ ਓਵਰ ਮੇਰੇ ਸਰਕਾਰੀ ਆਰਡਰ ਹੋਏ ਨੇ ਖਰੀਦ ਕਰਨੇ, ਅਤੇ ਮੈਂ ਤਾਂ ਖਰੀਦ ਕਰਨ ਆਇਆ। ਮੌਕੇ ਦੇ ਜਿਹੜੇ ਮੌਜੂਦਾ MLA ਸਾਹਿਬ ਨੇ ਉਹ ਮੇਰੇ ਨਾਲ ਨੇ, ਅਤੇ ਅਗਰ ਬਈ ਮੇਰੇ ਆਰਡਰ ਕੱਟਦੇ ਨੇ ਜਾਂ ਕਿਸੇ ਦੇ ਵੀ ਹੁੰਦੇ ਨੇ, ਉਹ ਕੱਲ੍ਹ ਤੋਂ ਖਰੀਦ ਕਰ ਲਏਗਾ। ਕਹਿੰਦੇ ਨਹੀਂ, ਮੈਂ ਤੁਹਾਨੂੰ ਖਰੀਦ ਕਰਨੇ ਨਹੀਂ ਦੇਣੀ, ਜੇ ਤੂੰ ਨਹੀਂ ਹਟਦਾ ਮੈਂ ਤੇਰੀ ਬਦਲੀ ਹੁਣੀ ਪਠਾਨਕੋਟ ਕਰਵਾਉਣਾ, ਕਿ ਮੇਰੀ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਹੈ, ਮੰਤਰੀ ਸਾਹਿਬ ਤਾਂ ਤੇਰੇ ਹੁਣੀ ਆਰਡਰ ਕੱਟ ਕੇ ਤੇਰੇ ਪਾਸ ਪਹੁੰਚ ਜਾਣੇ, ਵੀ ਤੂੰ ਇੱਥੋਂ ਬਾਹਰ ਨਿਕਲ। ਉਹਨਾਂ ਨੇ ਮੈਨੂੰ ਖਰੀਦ ਨਹੀਂ ਕਰਨ ਦਿੱਤੀ ਜੀ, ਮੇਰੇ ਨਾਲ ਮਿਸਬਿਹੇਵ ਕੀਤਾ, ਸਾਡੇ ਸਰਕਾਰੀ ਕੰਮ 'ਚ ਉਹਨਾਂ ਨੇ ਵਿਘਨ ਪਾਇਆ। ਤੁਸੀਂ ਮਾਮਲਾ ਵੀ ਦਰਜ ਕਰਾਇਆ ਕੋਈ ਪੁਲਿਸ ਸਟੇਸ਼ਨ? ਮਾਮਲਾ ਜੀ ਬਸ ਅੱਜ ਸਵੇਰੇ ਦਾ ਸਾਡਾ ਪਲਾਨ ਸੀਗਾ ਕਿ ਅਸੀਂ DFSC ਸਾਹਿਬ ਨੂੰ ਮੈਮੋਰੈਂਡਮ ਦੇਈਏ, ਅਤੇ ਇਸ ਤੋਂ ਬਾਅਦ ਹੁਣ DC ਮੈਮ ਦਾ ਅਗਰ ਟਾਈਮ ਮਿਲਦਾ ਤਾਂ ਉੱਥੇ ਵੀ ਅਸੀਂ DC ਸਾਹਿਬਾਨ ਨੂੰ ਵੀ ਮੈਮੋਰੈਂਡਮ ਪੇਸ਼ ਕਰਨਾ ਹੈ ਜੀ। ਔਰ ਇਸ ਤੋਂ ਬਾਅਦ ਥਾਣਾ ਮੇਰੇ ਖਿਆਲ 'ਚ ਖੇੜੀ ਨੌ ਸਿੰਘ ਉੱਥੇ ਜਿਹੜਾ ਵੀ ਪੈਂਦਾ ਹੋਏਗਾ ਉੱਥੇ ਜਾ ਕੇ ਮੇਰੇ ਵੱਲੋਂ DTR ਦਾ ਵੀ ਐਪਲੀਕੇਸ਼ਨ ਦਿੱਤੀ ਜਾਏਗੀ ਸਰ। ਅਤੇ ਇੰਸਪੈਕਟਰ ਸਾਹਿਬ ਇੱਕ ਗੱਲ ਕਹੀ ਗਈ ਹੈ ਗੈਰੀ ਜੀ ਵੱਲੋਂ ਵੀ, ਜਿਹੜਾ ਉਹ ਏਰੀਆ ਹੈਗਾ ਉਹ ਮੰਡੀ ਗੋਬਿੰਦਗੜ੍ਹ ਮਾਰਕੀਟ ਕਮੇਟੀ ਦੇ ਅੰਡਰ ਆ ਰਿਹਾ ਜੀ, ਅਤੇ ਤੁਸੀਂ ਕਹਿ ਰਹੇ ਹੋ ਵੀ ਉਹ ਖਮਾਣੋ ਦੇ ਅੰਡਰ ਆ, ਇਹ ਕੰਟਰਾਡਿਕਸ਼ਨ ਕਿਉਂ ਹੈ? ਸਰ ਮਾਰਕੀਟ ਕਮੇਟੀ ਕੋਈ ਵੀ ਲੱਗ ਸਕਦੀ ਹੈ, ਬਟ ਜਿਹੜੇ ਕਣਕ ਦੀ ਡਿਸਟ੍ਰੀਬਿਊਸ਼ਨ ਆ ਉਹ ਖਮਾਣੋ ਦੀ ਆ ਉੱਥੇ ਜੀ। ਸ਼ੈਲਰ ਜਿਹੜੇ ਲੱਗੇ ਹੋਏ ਨੇ ਉਹ ਖਮਾਣੋ ਦੇ ਲੱਗੇ ਹੋਏ ਨੇ। ਰਾਏਪੁਰ ਮਾਜਰੀ ਪਿੰਡ ਜਿਹੜਾ ਹੈ, ਤੁਸੀਂ ਉੱਥੇ ਸਰਪੰਚ ਸਾਹਿਬ ਨਾਲ ਗੱਲ ਕਰ ਲਓ ਕਿ ਇਹਦੀ ਜੁਰੀਡਿਕਸ਼ਨ 'ਚ ਉਹ ਵੀ ਖਮਾਣੋ ਦੀ 'ਚ ਹੈ। ਅਗਰ ਉਹ ਸਾਡੇ ਖਮਾਣੋ 'ਚ ਹੈਗਾ ਤਾਂ ਹੀ MLA ਰੁਪਿੰਦਰ ਸਿੰਘ ਹੈਪੀ ਸਾਡੇ ਨਾਲ ਤੁਰੇ ਨੇ ਉੱਥੇ ਜਾ ਕੇ ਫੋਟੋ ਖਿਚਾਉਣ 'ਚ। ਐਕਚੁਅਲੀ ਉਹਨਾਂ ਨੂੰ ਕਿਸੇ ਨੇ ਗਲਤ ਫੀਡਅਪ ਕਰਤਿਆ ਕਿ ਮਾਰਕੀਟ ਕਮੇਟੀ ਦਾ, ਮੈਂ ਮਾਰਕੀਟ ਕਮੇਟੀ ਦਾ ਸਟਾਫ ਹੀ ਨਹੀਂ ਜੀ, ਮੈਂ ਤਾਂ ਪਨਗ੍ਰੇਨ ਦਾ ਸਟਾਫ ਹੈ। ਮਾਰਕੀਟ ਕਮੇਟੀ ਦਾ ਤਾਂ ਮੰਡੀ ਗੋਬਿੰਦਗੜ੍ਹ ਦੀ ਸਟਾਫ ਡਿਪਿਊਟ ਆ ਉੱਥੇ, ਉਹ ਇਸ ਚੀਜ਼ ਨਾਲ ਸ਼ਬਦਾਂ ਨਾਲ ਖਿਲਵਾੜ ਕਰ ਰਹੇ ਨੇ। ਇਹ ਪੰਜਾਬ ਦੀ ਸਟ੍ਰਾਈਕ ਚੱਲ ਰਹੀ ਹੈ ਫਿਲਹਾਲ ਜੀ? ਅੱਜ ਅਸੀਂ ਫਤਿਹਗੜ੍ਹ ਜ਼ਿਲ੍ਹੇ ਦੀ ਸਟ੍ਰਾਈਕ ਦਾ ਕਾਲ ਕੀਤੀ ਹੋਈ ਹੈ, ਅਗਰ ਕਾਰਵਾਈ ਕੋਈ ਨਹੀਂ ਹੁੰਦੀ ਤਾਂ ਫਰਦਰ ਅਸੀਂ ਪੰਜਾਬ ਲੈਵਲ 'ਤੇ ਸਾਰੀਆਂ ਇਹ ਅੱਜ ਅਸੀਂ ਪੰਜਗ੍ਰੇਨ ਦੀ ਕਰੀ ਹੈ ਜੀ। ਸ਼ਾਮ ਤੱਕ ਨਹੀਂ ਕੁਛ ਹੁੰਦਾ ਤਾਂ ਅਦਰ ਏਜੰਸੀ ਨੂੰ ਇਨਵੋਲਵ ਕਰਿਆ ਜਾਏਗਾ, ਇਸਦਾ ਜਿਹੜਾ ਸਰੂਪ ਆ ਥੋੜ੍ਹਾ ਬਹੁਤ ਮੰਗ ਅਸੀਂ ਕੀਤੀ ਹੈ ਜੀ, ਸਰਕਾਰੀ ਕੰਮ 'ਚ ਵਿਘਨ ਪਾਉਣ ਦੀ, ਦੁਰਵਿਹਾਰ ਕਰਨ ਦੀ, ਉਹਨਾਂ ਦੇ ਅਗੇਂਸਟ ਬਣਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਅਮਲ ਵਿੱਚ ਲਿਆਂਦੀ ਜਾਵੇ। ਪਨਗ੍ਰੇਨ ਦੀ ਵੀ ਜ਼ਿਲ੍ਹੇ ਦੀ ਹੜਤਾਲ ਆ ਜਾਂ ਇਕੱਲੇ ਖਮਾਣ ਹਲਕੇ ਦੀ? ਜ਼ਿਲ੍ਹੇ ਦੀ ਸਰ। ਸਰ ਇੱਕ MLA ਸਾਹਿਬ ਜਦ ਬੋਲ ਰਹੇ ਸੀਗੇ ਤਾਂ ਦੂਜੇ ਹੈਪੀ ਜੀ ਸੀਗੇ, ਉਹਨਾਂ ਨੇ ਕੁਛ ਨਹੀਂ ਬੋਲਿਆ ਉੱਥੇ? ਨਹੀਂ ਜੀ ਨਹੀਂ, MLA ਸਾਹਿਬ ਜਿਹੜੇ ਹੈਪੀ ਜੀ ਸੀਗੇ ਉਹਨਾਂ ਦਾ ਜਿਹੜਾ ਸਟੈਂਡ ਸੀਗਾ, ਮੈਂ ਉਹਨਾਂ ਨੂੰ ਸਲਿਊਟ ਕਰਦਾ ਕਿ MLA ਸਾਹਿਬ ਸਲਿਊਟ ਹੈ ਤੁਹਾਨੂੰ ਕਿ ਜੋ ਤੁਸੀਂ ਉੱਥੇ ਸਟੈਂਡ ਲਿਆ ਮੌਕੇ 'ਤੇ। ਉਹਨਾਂ ਨੇ ਉਸੇ ਟਾਈਮ ਕਿਹਾ ਕਿ ਗੈਰੀ ਜੀ ਗੱਲ ਇੱਦਾਂ ਹੈ ਵੀ ਇਹ ਏਰੀਆ ਮੇਰਾ ਅਤੇ ਇੰਸਪੈਕਟਰ ਮੇਰੇ ਨਾਲ ਆਇਆ,
असी खरीद शुरू कराई है तो तुम मेरे सामने अगर मुलाजम नाल इन्हें गंदे तरीके गल करते हो तो पब्लिक नाल कितना पेश आते होंगे। जेकर एक विधायक की एक ऑफिसर नाल यह जी वर्डिंग है या यह जहाँ वतीरा है तो आम पब्लिक में कहा जाएगा। बिल्कुल जी यही तो सीगा, बट मैं एम एल ए साहब की बड़ी असी तो मन च बड़ी इज्जत बढ़ गई है जी रुपिंदर सिंह हैप्पी जी के जी उन्होंने जो मतलब स्टैंड लिया मौके पर और हैप्पी जी ने उतो जाना पे जी जे दूसरे गुरिंदर सिंह गैरी जी से उन्होंने उतो भजना पे उन्होंने इन्ना तगड़ा स्टैंड लिया। उन्होंने मैंने भी कह दिया कहें यार मैं हो सकता विधानसभा मंडे ये पक्ष रखूँगा कि ये एरिया मेरा मेरे एरिए दूसरा एम एल ए आके इंटरफेयर कितना कर सकता। दूजे पासे श्री फतेहगढ़ साहिब जिला दे पनग्रेन दे इंस्पैक्टर यूनियन दे प्रधान सुमित कौर ने कहा कि ग्यारे वड़िंग वालों सरकारी काम रोके जाण ते उन्हां खिलाफ कारवाई होनी चाहीदी है। इस दे मद्देनजर जिला श्री फतेहगढ़ साहिब दे पनग्रेन दी खरीद बंद कीती गई है। मेरा नाम संदीप कौर है, प्रधान फतेहगढ़ जिले इंस्पैक्टर यूनियन पनग्रेन। मैम जिहड़ा कल कंट्राडिक्शन हुई है तुसी की कहना चाहुंदे हो उहदे बारे? मेरी अफसोस की गल है कि एक इंस्पैक्टर नूं अपनी ड्यूटी करन लई किसी की इन्नी गल्लां सुननियां पै। असीं तां सिर्फ ऑर्डरस दे उत्ते जांदे आ, ऑर्डर लेके आपदी ड्यूटी मौण गए सी ते उस टाइम एम एल ए साहब हैप्पी जी साडे नाल सीगे ते कैरी जी आए ते उन्हां ने बहुत ही गंदे तरीके नाल बर्ताव कीता ते उह सानूं अपना काम करन तों वी रोकिया। उह चंगी गल नहीं। ਤੇ ਹੁਣ ਅੱਜ ਕੁਝ ਸਟ੍ਰਾਈਕ ਕਰ ਰਹੇ ਹਾਂ, ਕੁਝ ਕਰ ਰਹੇ ਹਾਂ? ਹਾਂਜੀ, ਖਰੀਦ ਬੰਦ ਕੀਤੀ ਹੈ ਫਤਿਹਗੜ੍ਹ ਸਾਹਿਬ ਦੀ ਪਨਗ੍ਰੇਨ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਕਿ ਬਣਦੀ ਕਾਰਵਾਈ ਜੋ ਵੀ ਬਣਦੀ ਹੈ ਕਿ ਸਰਕਾਰੀ ਕੰਮ ਨੂੰ ਰੋਕਿਆ ਗਿਆ। ਤੇ ਕਦੋਂ ਤੱਕ ਹੜਤਾਲ ਰਹੂਗੀ ਤੁਹਾਡੀ? ਜਦ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਤੱਕ। इस संबंधी डीएफसी श्री फतेहगढ़ साहिब ने कहा कि विधायक खिलाफ साडे कोल इंस्पेक्टर ने शिकायत दित्ती है, असी इन्हां दे मैटर ते डिप्टी कमिश्नर नाल गल करांगे, अगे दी कारवाई अमल दे विच लियांदी जावेगी। खरीद नूं लैके उन्हां कहा कि पनग्रेन ने ही हाले खरीद बंद कीती है, बाकी एजेंसियां वल्लों खरीद कीती जा रही है ते इस दा हल वी जल्द कीता जावेगा तां जो किसी नूं कोई दिक्कत ना आवे। मेरा नाम जी हरचरणजीत सिंह है जी। मैं जी डीएफएससी है फतेहगढ़ साहब। कंप्लेंट आ जी मेरे को है, यह पढ़ रहे हैं जी। मैं एम एल ए साहब के खिलाफ ये कह रहे ने जी, इंस्पैक्टर गुरमीत सिंह भी उन्होंने नाल कुछ उन्होंने वालों दुरव्यवहार किया गया, वो शिकायत नहीं, शिकायत है जी। मामला जी आह मेमोरेंडम तो यह है जी, इन्हों रायपुर माजरी चो लिख रहे हैं कि एम एल ए साहब ने गुरिंदर जी ने खरीद रुकवाई तो उन्होंने दुरव्यवहार किया तो बे उन्होंने जी हैगी है जी बदली की धमकी दी, ये लिखा हुआ जी। जी थोड़ा जा यह सीगा भी कल उत्थे एक्चुअली गुरमीत सिंह जी की ड्यूटी उत्थे लगी हुई सी ते वो शाम नू ही कुछ कारण करके असीं इन्हां दे ऑर्डर शाम नू असीं चेंज करने पए सन ते उस तो पहले एम एल ए साहब की उत्थे विजिट हुई सी ते उन्हां दे इन्हां नाल कोई गलबात हुई है, यह मैटर है। आए नहीं जी इंस्पैक्टर साहबान सारे इन्हां नाल हुण बैठ के गलबात करते हैं जी ते साडी कोशिश यही है जी काम चलवाया जाए ते जिहड़ा खरीद है निर्विघन चले, किसी कोई परेशानी का सामना ना करना पड़े। देख रहे हैं जी असं हूँ, मैं पहले मैंने हूँ मेमोरेंडम अजे तक होने ही मिले तो मैं एनालाइज करते हैं इन्हें की डिमांड से तो फिर वो डी साहब नाल भी मैटर ही टेकअप करांगे जी, फिर अकॉर्डिंगली जो बनता होया असीं करांगे। मैं हजे तक तो जी पनग्रेन का ही पता लगे, दूजी एजेंसी के इंस्पैक्टर मैं मिले नहीं तो देखते हैं जी बाकी की एजेंसियां जी। एक एफ सी आई है जी पनग्रेन है, चार एजेंसी ने जी टोटल जो सारी तीन स्टेट दी ने, एक सेंट्रल गवर्नमेंट की एजेंसी। एवन मीडिया लिए शिव फतेहगढ़ साहब तो बहादुर सिंह टिवाणा की खास रिपोर्ट।